के अध्य मुलवेश आया शहर जाके नित पुलिस के चक्कर चुकाने की बनू हमलियां दा सच पर जावा गुरु जान की बनू हमलियां दा सच पर जावा गुरु जान की बनू हमलियां दा ਜਨਮ ਦਿਵਸ ਸਮਾਗਮ ਦੀਆਂ ਇਹ ਨੇ ਤਸਵੀਰਾਂ ਬਠਿੰਡਾ ਦੇ ਰੂਮੀ ਸਾਹਿਬ ਦੀਆਂ ਜਿੱਥੇ ਸਟੇਜ ਤੇ ਤੁਸੀਂ ਕੀਰਤਨੀ ਜਥੇ ਦੇ ਸਿੰਘ ਬੈਠੇ ਦਿਖਾਈ ਦੇ ਰਹੇ ਨੇ ਤੁਸੀਂ ਸੋਚ ਰਹੇ ਹੋਵੋਗੇ ਕਿ ਇਹਨਾਂ ਵੱਲੋਂ ਕੀਰਤਨ ਕੀਤਾ ਜਾ ਰਿਹਾ ਜੀ ਨਹੀਂ ਤੁਸੀਂ ਗਲਤ ਸੋਚ ਰਹੇ ਹੋ ਇੱਕ ਫਿਰੋਜ਼ੀ ਪਰਨੇ ਵਾਲਾ ਵਿਅਕਤੀ ਬੈਠਾ ਵੀ ਦਿਖਾਈ ਦੇ ਰਿਹਾ ਜਿਸ ਵੱਲੋਂ ਗੁਰਦਾਸ ਮਾਨ ਦੇ ਗਾਣੇ ਦੀ ਤਰਜ਼ ਤੇ ਗਾਣਾ ਲਗਾਇਆ ਜਾ ਰਿਹਾ ਉਹ ਵੀ ਅਮਲੀਆਂ ਨੂੰ ਸੰਬੋਧਨ ਕਰਕੇ ਪਹਿਲਾ 2 ਮਿੰਟ ਤੋਂ ਵੱਧ ਦਾ ਵੀਡੀਓ ਵੇਖੋ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਰਾਤੀ ਖੜਿਆ ਟਰੱਕ ਸੀ ਠੇਕੇ ਤੇ ਆ ਉਸ ਨਹੀਂ ਵੀ ਲੈ ਗਿਆ ਸੀ ਟਿੱਪਣੀ ਲਾ ਕੇ ਆ ਗਿਆ ਪਤਾ ਨੀ ਕਿਹੜੇ ਖੂਹ ਚ ਪਾ ਕੇ ਤੁਰ ਕੇ ਡਰੇ ਵਿਚਾਰੇ ਧੱਕੇ ਜਾ ਕੇ ਗੰਗਾ ਗਏ ਹੱਡ ਵਾਪਸ ਨਹੀਂ ਆਣੇ ਕੀ ਬਣੂ ਹਮਲੀਆਂ ਦਾ ਸੱਚ ਪਰ ਚਾਵਾ ਗੁਰੂ ਜਾਣ ਕੀ ਬਣੂ ਹਮਲੀਆਂ ਦਾ ਸੱਚ ਪਰ ਚਾਵਾ ਗੁਰੂ ਜਾਣੇ ਕੀ ਬਣੂ ਹਮਲੀਆਂ ਦਾ ਨਿੱਕੇ ਨਿੱਕੇ ਵਾਲੇ ਜਦੋਂ ਵੇਖੋ ਫਿਰ ਗਾਏ ਡੋਲੇ ਵਾਲੇ ਡੋਲੇ ਵਾਲੇ ਸਾਡੇ ਨੇੜੇ ਤੇ ਕੰਮ ਹੀ ਚੱਲਦਾ ਸਾਰਾ ਪਤਾ ਸਾਰਿਆਂ ਨੂੰ ਚੱਲ ਘਰ ਵਿੱਚ ਹੁੰਦੇ ਨਿੱਕੇ ਨਿੱਕੇ ਵਾਲੇ ਜਦੋਂ ਵੇਖੋ ਫਿਰ ਗਾਏ ਡੋਲੇ ਵਾਲੇ ਕੰਮ ਕਰਨ ਲੱਗਿਆ ਨੂੰ ਮੌਤ ਪੈਂਦੀ ਏ ਹਰ ਵੇਲੇ ਡੋਟਿਆਂ ਚ ਸੁੱਤ ਰਹਿੰਦੀ ਏ ਪਤਾ ਨੀ ਕਿਵੇਂ ਲੱਭ ਲੈਂਦਾ ਈ ਟਿਕਾਣੇ ਕੀ ਬਣੂ ਹਮਲੀਆਂ ਦਾ ਸੱਚ ਪਰ ਚਾਵਾ ਗੁਰੂ ਜਾਣੇ ਕੀ ਬਣੂ ਹਮਲੀਆਂ ਦਾ ਸੱਚ ਪਰ ਚਾਵਾ ਗੁਰੂ ਜਾਣੇ ਕੀ ਬਣੂ ਹਮਲੀਆਂ ਦਾ ਅਮਲੀਆਂ ਨੂੰ ਕਦੇ ਨਾ ਪੁਲਿਸ ਫੜਦੀ ਜੇ ਫੜ ਲਵੇ ਫੇਰ ਹੱਥ ਜੋੜ ਕੱਢਦੀ ਜੇਲਾਂ ਵਿੱਚ ਰਹਿੰਦੇ ਇਹ ਮੌਜਾਂ ਨਾਲੇ ਪੁਲਿਸ ਨੂੰ ਖਵਾਉਣੀ ਔਖੀ ਰੋਟੀ ਨਾਲੇ ਨਾਲੇ ਪੈਂਦੇ ਨੇ ਡਾਂਡੇ ਪਿਆਣੇ ਕੀ ਬਣੂ ਹਮਲੀਆਂ ਦਾ ਸੱਚ ਪਰ ਚਾਵਾ ਗੁਰੂ ਜਾਣੇ ਕੀ ਬਣੂ ਹਮਲੀਆਂ ਦਾ ਸੱਚ ਪਰ ਚਾਵਾ ਗੁਰੂ ਜਾਣੇ ਕੀ ਬਣੂ ਹਮਲੀਆਂ ਦਾ ਸੱਚ ਪਰ ਚਾਵਾ ਗੁਰੂ ਜਾਣੇ ਕੀ ਬਣੂ ਹਮਲੀਆਂ ਦਾ ਕੀ ਇਸ ਨੂੰ ਗੁਰਮਰਿਆਦਾ ਅਨੁਸਾਰ ਠੀਕ ਮੰਨਿਆ ਜਾਵੇ ਕਿਉਂਕਿ ਗੁਰਬਾਣੀ ਨਾਲ ਜੋੜਨ ਲਈ ਕੀਰਤਨ ਦਾ ਕੀਤਾ ਜਾ ਸਕਦਾ ਪਰ ਇਸ ਤਰ੍ਹਾਂ ਆ ਤਰੀਕਾ ਵਾਜਬ ਨਹੀਂ ਲੱਗ ਰਿਹਾ ਬਿਊਰੋ ਰਿਪੋਰਟ ਪੰਜਾਬੀ ਟੀਵੀ